ਗੁਰਪੁਰਬ ਤੋਂ ਤਕਰੀਬਨ 4 ਦਿਨ ਪਹਿਲਾਂ ਜੋ ਸੁਲਤਾਨਪੁਰ ਲੋਧੀ ਸਾਹਿਬ ਹੋਇਆ ਐ ਇੰਨੀ ਵੱਡੀ ਸ਼ਾਨੋ ਸ਼ੌਕਤ ਨਾਲ ਸੁਲਤਾਨਪੁਰ ਲੋਧੀ ਤੇ ਸਾਰਾ ਹਿੰਦੁਸਤਾਨ ਤੇ ਬਾਹਰਲੇ ਦੇਸ਼ਾਂ ਵਿੱਚ 554ਵਾਂ ਗੁਰਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਬਿਲਕੁਲ ਬੇਰੀ ਸਾਹਿਬ ਗੁਰਦੁਆਰੇ ਦੇ ਬਾਹਰ ਪੁਲਿਸ ਨੇ ਸਵੇਰ ਦੇ 4:30 ਵਜੇ ਇਹ ਜੋ ਮਰਜੀ ਅੱਜ ਕਹਿੰਦੇ ਰਹਿਣ ਸਹੀ ਮੈਨੇ ਵਿੱਚ ਐਂਟਰ ਕੀਤੇ ਨੇ ਐਂਟਰ ਕਰਕੇ ਜਿਹੜਾ ਕੰਮ ਇੱਕ ਬੰਦਾ ਆਪਣਾ ਪੁਲਿਸ ਦਾ ਸ਼ਹੀਦ ਕਰਵਾ ਕੇ ਇੱਕ ਹੋਮਗਾਰਡ ਤੇ 8-10 ਬੰਦੇ ਫੱਟੜ ਖਰਾ ਕੇ ਦਫਾ 145 ਲਾ ਕੇ ਜਿਹੜਾ ਹੁਣ ਕੰਮ ਕੀਤਾ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਤੇ ਇਹ 145 ਦਫਾ ਇਹ ਪਹਿਲੇ ਵੀ ला ਸਕਦੇ ਸੀ ਪਰ ਨੀਅਤ ਸਾਫ਼ ਨਹੀਂ ਸੀ ਕਿਸੇ ਨੂੰ قبضہ ਕਰਾਣ ਦੀ ਨੀਅਤ ਸੀ ਤੇ ਜਿਹੜਾ قبضہ ਵੀ ਹੋਇਆ ਮਾਨ ਸਾਹਿਬ ਤੁਸੀਂ ਬੜੀ ਵਾਰ ਕਹਿੰਦੇ ਹੋ ਇਹ ਟੈਲੀਫੋਨ ਵੀ ਮੈਨੂੰ ਪਤਾ ਲੱਗਾ ਤੁਹਾਡੇ ਘਰੋਂ ਹੀ ਗਿਆ ਜਾਂ ਆਮ ਤੌਰ 'ਤੇ ਕਹਿੰਦੇ ਹੋ ਕਿ ਸਾਡਾ ਵੀ ਕੋਈ ਦੱਸੋ ਇਹ ਟੈਲੀਫੋਨ ਤੁਹਾਡੇ ਘਰੋਂ ਗਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਕਿਸ ਆਦਮੀ ਨੇ ਟੈਲੀਫੋਨ ਕੀਤਾ ਜਿੱਥੋਂ ਦੀ ਪੁਲਿਸ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਰੱਖ ਸਕਦੀ ਉਹ ਪੰਜਾਬ ਦੇ ਲੋਕਾਂ ਨੂੰ ਕਿੱਸਾ ਸੁਰੱਖਿਅਤ ਰੱਖ ਸਕਦੀ ਜਿੱਥੇ ਜਿੱਥੇ ਅਸੀਂ ਜਾਂਦੇ ਆ ਭਾਵੇਂ ਲੁਧਿਆਣੇ ਜਾਈਏ ਕਿਤੇ ਜਾਈਏ ਉਹ ਕਹਿੰਦੇ ਬਾਜਬ ਸਾਹਿਬ ਹਜ਼ਾਰਾਂ ਲੋਕ ਨੇ ਜਿਹੜੇ ਫਰौती ਦੇ ਚੁੱਕੇ ਵੱਡੇ ਪੈਮਾਨੇ ਤੇ ਕੋਈ ਬੰਦਾ ਇਹੋ ਜਿਹਾ ਨਹੀਂ ਆ ਹੁਣ ਆ ਸ਼ਾਦੀਆਂ ਦਾ ਸੀਜ਼ਨ ਆ ਗਿਆ ਜਿਹੜਾ ਸ਼ਾਦੀ ਕਰਦਾ ਹੈ ਜਾਂ ਸ਼ਾਦੀ ਤੋਂ ਪਹਿਲੇ ਦੀ ਜਾਂ ਸ਼ਾਦੀ ਤੋਂ ਬਾਅਦ ਸਾਰਿਆਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਕਿ ਐਡੀ ਵੱਡੀ ਤੂੰ ਸ਼ਾਦੀ ਕੀਤੀ ਰੱਖ ਐਡੇ ਪੈਸੇ ਵੱਡੇ ਜਿਹੜਾ ਨਵੀਂ ਗੱਡੀ ਲੈ ਕੇ ਆਂਦਾ ਜੀ ਉਹਨੂੰ ਜਾਂ ਤੇ ਗੱਡੀ ਖਰੀਦਣ ਤੋਂ ਪਹਿਲੇ ਜਾਂ ਗੱਡੀ ਖਰੀਦਣ ਤੋਂ ਬਾਅਦ ਟੈਲੀਫੋਨ ਆ ਗਿਆ ਕਿਸੇ ਦੀ ਜ਼ਿੰਦਗੀ ਕੋਈ ਸੁਰੱਖਿਅਤ ਹੈ ਹੀ ਨਹੀਂ ਇਹ ਸਾਰੇ ਮੁੱਦੇ ਜਿਹੜੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰ ਰਿਹਾ ਬੇਸਿਕਲੀ ਅਸੀਂ ਭਾਵੇਂ ਸਟਬਲ ਬਰਨਿੰਗ ਦਾ ਭਾਵੇਂ ਕੇਬਲ ਨੈਟਵਰਕ ਦਾ ਹੁਣ ਆ ਕੇਬਲ ਨੈਟਵਰਕ ਤੇ ਵੇਖੋ ਇਹ ਦੇ ਕਹਿੰਦੇ ਸੀ ਅਸੀਂ ਇੰਡੀਪੈਂਡੈਂਸ ਆਫ ਪ੍ਰੈਸ ਬਲੀਵ ਕਰਨੇ ਇਹਨਾਂ ਦੇ ਐਮਐਲਏ ਜਿਹੜੇ ਉਹਨਾਂ ਨੇ ਕੇਬਲ ਤੇ ਕਬਜ਼ਾ ਪਟਿਆਲੇ ਤੋਂ ਸ਼ੁਰੂ ਕਰ ਲਿਆ ਐਸਐਸਪੀ ਜਿਨੂੰ ਹੁਕਮ ਜਾਰੀ ਹੋਏ ਨੇ ਭਾਵੇਂ ਮੁਹੱਲੀ ਦਾ ਭਾਵੇਂ ਫਤਿਹਗੜ੍ਹ ਸਾਹਿਬ ਦਾ भावें अमृतसर भावें पटियाले कि तगड़े हो के कब्जा कराओ साढ़े बंद एक तो तरीका है जी प्रेस कंट्रोल कर रहे साढ़े सात सौ अठ सौ करोड़ रुपए का बजट एक वो सूबा जिसको बेसिक कम्यूनिटीज वास्ते एक मुश्किल बनी पी एवरीथिंग एज करम्बल जो मर्जी है ये टोटल अज ਭਗਵੰਤ ਮਾਨ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਜਿੱਥੇ ਕਿਤੇ ਵੀ ਕੋਈ ਤੁਸੀਂ ਭਾਵੇਂ ਅੰਮ੍ਰਿਤਸਰ ਚ ਪਹਿਲੇ ਵੇਖਿਆ ਜਿਹੜਾ 10-15 ਹਜ਼ਾਰ ਨੌਜਵਾਨ ਬੱਚਿਆਂ ਨੂੰ ਦਰਬਾਰ ਸਾਹਿਬ ਚ ਲੈ ਕੇ ਨਸ਼ਾ ਮੁਕਤ ਕਰਨ ਦੀ ਅੰਦਰ ਦਰਬਾਰ ਸਾਹਿਬ ਚ ਕਸਮ ਖੁਆਈ ਉਹ ਕਿਨੇ ਕੀਤਾ ਉਹ ਵੀ ਪੁਲਿਸ ਨੇ ਜੇ ਸਾਈਕਲ ਰੈਲੀ ਕੀਤੀ ਹੈ ਲੁਧਿਆਣੇ ਦੇ ਵਿੱਚ ਉਵੀ ਉੱਥੋਂ ਦੇ ਕਮਿਸ਼ਨਰ ਨੇ ਪੁਲਿਸ ਨੇ ਕੀਤੀ ਤੁਸੀਂ ਹੈਰਾਨ ਹੋਵੋਗੇ ਉਸ ਸਾਈਕਲ ਰੈਲੀ 'ਚ ਮੈਨੂੰ ਪਤਾ ਲੱਗਾ ਕਿ ਕਈ ਕਰੋੜਾਂ ਰੁਪਏ ਦਾ ਖਰਚਾ ਹੋਇਆ ਉਹਦੇ ਵਿੱਚ 15 ਤੋਂ 20 ਹਜ਼ਾਰ ਨਵੇਂ ਸਾਈਕਲ ਮਗਵਾਇਆ ਗਿਆ ਜੀ ਇੱਕ ਸਾਈਕਲ 3500 ਕਰੋੜ 3500 ਰੁਪਏ ਦਾ ਸਾਈਕਲ ਜੇ 20 ਹਜ਼ਾਰ ਬੰਦਾ ਇਹਨਾਂ ਦੇ ਮਤਾਬਕ ਕੀ ਸਾਈਕਲ ਰੈਲੀ 'ਚ ਪਾਰਟਿਸਪੇਟ ਕੀਤਾ ਤੁਸੀਂ ਉਹਨੂੰ 3500 ਰਜਰ ਦੇ ਕੇ ਵੇਖ ਲੋ ਕਿ ਪੈਸੇ ਕਿੰਨੇ ਬੰਦੇ ਉਹ ਪੈਸੇ ਕਿੱਥੋਂ ਆਏ ਕਿਉਂਕਿ ਕਿਸੇ ਨੇ ਸਾਈਕਲ ਵਾਪਸ ਨਹੀਂ ਮੋੜਿਆ ਬਹੁਤੇ ਤਾਂ ਸਾਈਕਲ ਲੈ ਕੇ ਪੈਡਲ ਮਾਰਦੇ ਉਥੋਂ ਹੀ ਪਿੰਡਾਂ ਨੂੰ ਤੁਰ ਗਏ ਇਹ ਕਿੱਥੋਂ ਪੈਸੇ ਆਏ ਕਿਰਪਾ ਕਰਕੇ ਸਾਨੂੰ ਦੱਸੋ ਅਖੀਰ ਉਹ ਗ੍ਰਹੀ ਹੋਈ ਹੈ ਮਾਨ ਸਾਹਿਬ ਇਹਦਾ ਦੱਸੋ ਸਹੀ ਉਹ ਗ੍ਰਹੀ ਕਿਨੇ ਕੀਤੀ ਪੁਲਿਸ ਨੇ ਗ੍ਰਹੀ ਕੀਤੀ ਪੁਲਿਸ ਨੇ ਪੈਸੇ ਕਿੱਥੇ ਕੋਲੇ ਕਿਸੇ ਇੰਡਸਟਰੀਲਿਸਟ ਨੇ ਫ੍ਰੀ ਤੇ ਕੰਮ ਦਿੱਤਾ ਨਹੀਂ ਤੁਹਾਨੂੰ ਤੁਸੀਂ ਇਹਦਾ ਅੰਦਾਜ਼ਾ ਹੀ ਲਾ ਲਓ 20000 ਨੂੰ ਇੰਟੂ 3500 ਕਰ ਲਓ ਤੇ ਆਪੇ ਅੰਦਾਜ਼ਾ ਤੁਹਾਨੂੰ ਹੋ ਜਾਂਦਾ ਪੈਸਿਆਂ ਦਾ ਫਿਰ ਰੋਟੀ ਪਾਣੀ ਵੀ ਫਿਰ ਸਾਰਿਆਂ ਨੂੰ ਇੱਕੋ ਜਿਹੇ ਉਹ ਜਿਹੜੇ ਟੈਕ ਸੂਟਸਵਾ ਕੇ ਦਿੱਤੇ ਨੇ 20000 ਬੰਦੇ ਦੇ ਟੈਕ ਸੂਟ ਦਾ ਹੀ ਖਰਚਾ ਵੇਖ ਲਓ ਕਿੰਨਾ ਹੁੰਦਾ ਸਾਨੂੰ ਕੋ ਦੱਸੋ ਸਹੀ ਪੰਜਾਬ ਦੇ ਲੋਕ ਇਹ ਸਾਰੀ ਚੀਜ਼ ਮੰਗਦੇ ਕੰਪਲੀਟ ਹਰ ਚੀਜ਼ ਤੁਸੀਂ ਪੁਲਿਸ ਤੇ ਪੰਜਾਬ ਪੁਲਿਸ ਦੇ ਸਾਰੇ ਛੱਡ ਦਿੱਤੀ ਇਨ ਸਪਾਈਟ ਆਫ ਥੈਟ ਗੈਂਗਸਟਰਸ ਦਾ ਕੰਮ ਇਹਨਾਂ ਵਧਿਆ ਜੀ ਇਲੀਗਲ ਇਨੀ ਮਾਈਨਿੰਗ ਵਧੀ ਹੈ ਮੈਂ ਇੱਕ ਇਹ ਵੀ ਤੁਹਾਨੂੰ ਦੱਸਣਾ ਚਾਹਨਾ ਸ਼ਰਾਬ ਦੇ ਬਾਰੇ ਵੀ ਜੋ ਸਾਡੇ ਕੋਲ ਰਿਪੋਰਟਸ ਆ ਰਹੀਆਂ ਨੇ ਵੱਡੇ ਪੈਮਾਨੇ ਤੇ ਗਵਰਨਮੈਂਟ ਨਾਲ ਰਲ ਕੇ ਬਹੁਤ ਵੱਡੇ ਪੈਮਾਨੇ ਤੇ ਪੰਜਾਬ ਦੀ ਸ਼ਰਾਬ ਦੀ ਤਸਕਰੀ ਬਾਹਰਲੇ ਸੂਬਿਆਂ ਚੋਰੀ ਹੈ ਜਿਹਦੇ ਵਿੱਚ ਐਕਸਾਈਜ਼ ਦੇ ਡਿਪਾਰਟਮੈਂਟ ਦੇ ਤੇ ਪੰਜਾਬ ਪੁਲਿਸ ਦੇ ਇਹ ਆਪ ਗਵਰਨਮੈਂਟ ਦੇ ਬੰਦੇ ਵਿੱਚ ਇਨਵੋਲਡ ਤੁਸੀਂ ਆਏ ਸਾਰੀ ਨਿਊਜ਼ ਪੜੋ ਕਦੀ ਟਰੱਕ ਪੰਜਾਬ ਦੇ ਕੋਈ ਗੁਜਰਾਤ ਚ ਫੜੇ ਜਾਂਦੇ ਕੋਈ ਰਾਜਸਥਾਨ ਚ ਫੜੇ ਜਾਂਦੇ ਨੇ ਕੋਈ ਹਰਿਆਣੇ ਚ ਫੜੇਗੇ ਕੋਈ ਯੂਪੀ ਚ ਫੜੇਗੇ ਨਾਰਥ-ਈਸਟ ਤੱਕ ਸਾਰੇ ਦੇਸ਼ ਦੇ ਵਿੱਚ ਨਾਰਥ-ਈਸਟ ਤੱਕ ਪੰਜਾਬ ਦੀ ਸ਼ਰਾਬ ਜਾ ਰਹੀ ਹੈ ਉਹ ਕੌਣ ਕਰ ਰਿਹਾ ਕਿੱਥੋਂ ਜਾ ਰਹੀ ਹੈ ਇਹਦਾ ਜਵਾਬ ਜੇ ਮਾਨ ਸਾਹਿਬ ਤੁਸੀਂ ਸੈਸ਼ਨ 'ਚ ਮੌਕਾ ਸੈਸ਼ਨ 'ਚ ਕਿਉਂ ਮੌਕਾ ਨਹੀਂ ਦਿੱਤਾ ਜਾਂਦਾ ਕਿਉਂਕਿ ਆ ਸਾਰੇ ਸਾਡੇ ਪੁਆਇੰਟਸ ਦੇ ਇੰਨਾ ਸਵਾਲਾਂ ਦੇ ਇਹਨਾਂ ਕੋ ਜਵਾਬ ਹੈ ਨਾ ਕਰਜ਼ੇ ਦਾ ਜਵਾਬ ਹੈ ਉਹ ਜਿਸ ਤਰ੍ਹਾਂ ਭਾਜਪਾ ਵਾਲਿਆਂ ਨੇ ਤੁਹਾਨੂੰ ਪਤਾ ਇੱਕ ਵਾਰ ਨੋਸ਼ਨਲ ਲੈ ਆਂਦਾ ਸੀ ਕਾਂਗਰਸ ਦੇ ਖਿਲਾਫ ਜਿਹੜੋਂ 3 ਜੀ ਦਾ ਚੱਲਦਾ ਸੀ ਕਿ 1,76,000 ਕਰੋੜ ਰੁਪਏ ਦਾ ਨੋਸ਼ਨਲ ਲਾਸ ਹੋ ਜਾਣਾ ਸੀ ਉਸ ਤਰ੍ਹਾਂ ਦਾ ਹੀ ਨੋਸ਼ਨਲ ਪ੍ਰੋਫਿਟ ਕੇਜਰੀਵਾਲ ਸਾਹਿਬ ਨੇ ਤੇ ਮਾਨ ਸਾਹਿਬ ਨੇ ਕੱਢ ਦਿੱਤਾ ਜੀ 34000 ਕਰੋੜ ਤੁਹਾਨੂੰ ਇਹਦੇ ਚੋਂ ਕੱਢ ਦਾਂਗੇ 20000 ਇਹਦੇ ਚੋਂ ਕੱਢ ਦਾਂਗੇ ਸਾਨੂੰ ਬਾਹਰੋਂ ਪੈਸੇ ਲੈਣ ਦੀ ਲੋੜ ਹੀ ਕੋਈ ਨਹੀਂ ਪੈਣੀ 54000 ਕਰੋੜ ਰੁਪਈਆ ਤੇ ਬਾਕੀ ਦੇ ਪੰਜਾਬ ਦੇ ਐਕਸਾਈਜ਼ ਤੇ ਬਾਕੀ ਚੀਜ਼ਾਂ ਨਾਲੋਂ ਸਟੈਂਪ ਡਿਊਟੀਆਂ ਨੂੰ ਜੀਐਸਟੀ ਨਾਲੋਂ ਬਾਕੀ ਚੀਜ਼ਾਂ ਨਾਲੋਂ ਇਹ ਤੁਹਾਨੂੰ ਐਡੀਸ਼ਨਲ ਪੈਸੇ ਮੈਂ ਹਰ ਸਾਲ ਦੇ ਦਿਆ ਕਰੂੰਗਾ ਹੁਣ ਹਰ ਚੀਜ਼ ਤੁਹਾਡੇ ਸਾਹਮਣੇ ਹੈ ਟੋਟਲ ਝੂਠ ਬੋਲਿਆ ਜਾ ਰਿਹਾ ਸਿਕਿਉਰਿਟੀ ਰਾਜ ਵੇਖੋ ਆ ਸੀਐਮ ਸਾਹਿਬ ਨੂੰ ਕਈ ਵਿਆਹਾਂ 'ਚ ਮੈਂ ਮਿਲਿਆ ਜੀ ਮੈਂ ਕਿਹਾ 2-200 ਆਦਮੀ ਪੰਜਾਬ ਪੁਲਿਸ ਦਾ ਘੇਰਾ ਪਾ ਕੇ ਮੈਂ ਨਹੀਂ ਅਜੇ ਤੱਕ ਕੋਈ ਚੀ ਚੀਮਿੰਸਟਰ ਵੇਖਿਆ ਜਿਹੜਾ ਇੰਨਾ ਘਬਰਾਇਆ ਜਿੰਦੂ ਇੰਨਾ ਹਾਈਲੀ ਵਿਆਹਾਂ 'ਚ ਛਾਦੀਆਂ 'ਚ ਜੇ 200 ਬੰਦਾ ਤੁਹਾਨੂੰ ਲੈ ਕੇ ਜਾਂਦਾ ਉਹ ਕੱਲਾ ਬੈਰੋਮੀਟਰ ਉਹ ਹੀ ਬੜਾ ਤੁਹਾਨੂੰ ਦੱਸਣ ਦੇ ਵਿੱਚ ਲੋਕਾਂ ਵਿੱਚ ਤੁਹਾਡੀ ਲੋਕਪ੍ਰੀਤਤਾ ਕਿੰਨੀ ਰਹੇਗੀ ਜਦੋਂ ਲੋਕਪ੍ਰੀਤਤਾ ਹੋਏ ਤਾਂ ਲੋਕ ਹੀ ਸਾਰੇ ਨੂੰ ਵੱਡੇ ਤੁਹਾਡੇ ਤਾਂ ਦੀ ਸਕਿਉਰਿਟੀ ਹੁੰਦੇ ਦੋ ਦੋ ਸੂ ਬੰਦਾ ਆਲੇ ਦੋਲੇ ਹੱਥ ਫੜ ਕੇ ਇੱਕ ਰਿੰਗ ਬਣਾਇਆ ਹੁੰਦਾ ਜੀ ਉਹਦੇ ਵਿੱਚ ਤੁਹਾਨੂੰ ਪੂਰਾ ਹਿੰਮਤ ਮਾਰ ਕੇ ਲੜਣਾ ਪੈਂਦਾ ਕਿ ਮਾਨ ਸਾਹਿਬ ਹੈ ਕਿੱਥੇ ਨੇ ਉਹਦੇ ਵਿੱਚ ਕਿਉਂਕਿ ਜਵਾਨ ਜਿਹੜੇ ਪੰਜਾਬ ਪੁਲਿਸ ਦੇ 6 6 ਦੋ ਦੋ ਫੁੱਟ ਦੇ ਨੇ 6 ਫੁੱਟ ਦੋ ਦੋ ਇੰਚ ਦੇ ਜਵਾਨ ਨੇ ਉਹਨਾਂ ਵਿੱਚ ਚੀਫ ਮਿਨਿਸਟਰ ਸਾਹਿਬ ਨੂੰ ਲੜਣਾ ਵੀ ਪੈਂਦਾ ਤੁਹਾਨੂੰ ਬੜੀ ਮੁਸ਼ਕਲ ਨਾਲ ਪਤਾ ਲੱਗਦਾ ਕਿ ਇਹ ਕਿਹਦੇ ਆਲੇ ਦੋਲੇ ਘੇਰਾ ਪਾਈ ਲੈਂਦੇ ਆਹ ਹਾਲਾਤ ਅੱਜ ਬਣੇ ਨੇ